ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਈ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰੈ ਜਿਸ ਦੈ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀਂ ਜਾਸੈ ਜਨਮ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਇੱਕ ਓਅੰਕਾਰ ਤੋਂ ਲੈ ਕੇ ਹੁਣ ਤੀਕਰ ਜਿਤਨੀ ਬਾਣੀ ਦੀ ਵਿਚਾਰ ਕੀਤੀ ਗਈ ਹੈ ਜਾਂ ਗੁਰੂ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਕਰਾਈ ਹੈ, ਇਸ ਸਾਰੀ ਵਿਚਾਰ ਦਾ ਨਿਚੋੜ ਇੱਕੋ ਇੱਕ ਸਾਹਮਣੇ ਆਇਆ ਕਿ ਗੁਰੂ ਮਹਾਰਾਜ ਦਾ, ਭਗਤ ਸਾਹਿਬਾਨ ਦਾ ਤਥਾ ਉਹਨਾਂ ਪਵਿੱਤਰ ਆਤਮਾਵਾਂ ਦਾ ਇੱਕੋ ਇੱਕ ਆਸ਼ਾ ਅਤੇ ਉਦੇਸ਼ ਹੈ। ਮੈਨੂੰ ਯਾਦ ਆਉਂਦਾ ਹੈ ਕਿ ਖਵਾਜਾ ਦਿਲ ਮੁਹੰਮਦ ਜਿਨ੍ਹਾਂ ਨੇ ਦੇਸ਼ ਦੀ ਵੰਡ ਤੋਂ ਬਹੁਤ ਸਮਾਂ ਪਹਿਲੇ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਇੱਕ ਸਟੀਕ ਕਵਿਤਾ ਟੂ ਕਵਿਤਾ ਲਿਖਿਆ ਹੈ, ਹੁਣ ਉਹ ਪੰਜਾਬੀ ਅੱਖਰਾਂ ਵਿੱਚ ਵੀ ਉਪਲਬਧ ਹੈ। ਦਾਸ ਨੂੰ ਉਹ ਪੜ੍ਹਨ ਦਾ ਅਵਸਰ ਵੀ ਮਿਲਿਆ। ਉਹਨਾਂ ਨੇ ਇੱਕ ਕਵਿਤਾ ਲਿਖੀ ਉਸ ਦੇ ਆਰੰਭ ਵਿੱਚ, ਉਸ ਕਵਿਤਾ ਦੇ ਕੁਝ ਬੋਲ ਸਨ, ਦਸ ਫੂਲ ਖਿਲੇ ਇੱਕ ਗੁੰਚੇ ਮੇਂ, ਉਹਨੂੰ ਸਭ ਕੀ ਚਟਕ ਤੋਂ ਏਕ ਹੀ ਹੈ, ਦਸ ਗੌਹਰ ਹੋ ਇੱਕ ਮਾਲਾ ਮੇਂ, ਉਹਨੂੰ ਸਭ ਕੀ ਫਟਕ ਤੋਂ ਏਕ ਹੀ ਹੈ, ਦਸ ਸੰਤ ਮਿਲੇ ਦਸ ਰੂਪੋਂ ਮੇਂ, ਸੀਨੇ ਕੀ ਭੜਕ ਤੋਂ ਏਕ ਹੀ ਹੈ।
ਇਹ ਠੀਕ ਹੈ ਕਿ ਫੁੱਲਾਂ ਦੇ ਰੰਗ ਵੱਖਰੇ ਵੱਖਰੇ ਨੇ, ਮੋਤੀਆਂ ਦੇ ਰੰਗ ਵੱਖਰੇ ਵੱਖਰੇ ਨੇ, ਸੰਤਾਂ ਦੇ ਸਰੀਰ ਵੱਖਰੇ ਵੱਖਰੇ ਨੇ, ਪਰ ਉਹਨਾਂ ਦੇ ਸੀਨੇ ਦੀ ਭੜਕ ਇੱਕੋ ਇੱਕ। ਸੱਚਮੁੱਚ ਇਸੇ ਤਰ੍ਹਾਂ ਹੁਣ ਤੱਕ ਜਿਤਨੀ ਬਾਣੀ ਦੀ ਵਿਚਾਰ ਹੋ ਚੁੱਕੀ ਹੈ ਉਹ ਸਾਰੀ ਬਾਣੀ ਦਾ ਨਿਚੋੜ ਇੱਕੋ ਇੱਕ। ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਕਿਉਂਕਿ ਅਸੀਂ ਮਨੁੱਖ ਉਸ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਵਿੱਚ ਆਏ ਅਤੇ ਉਹਨੇ ਸਾਡੀ ਲੋੜ ਵਾਸਤੇ ਕਈ ਚੀਜ਼ਾਂ ਬਣਾਈਆਂ ਜਿਹਨੂੰ ਅਸੀਂ ਮਾਇਆ ਕਹਿੰਦੇ। ਇਹਦਾ ਮਤਲਬ ਜੀਵ ਦੀ ਉਤਪਤੀ ਵੀ ਉਹਦੇ ਹੁਕਮ ਵਿੱਚ ਹੋਈ ਅਤੇ ਮਾਇਆ ਵੀ ਉਸੇ ਨੇ ਬਣਾਈ। ਅਤੇ ਭਗਤ ਕਬੀਰ ਜੀ ਵਰਗੀ ਮਹਾਨ ਆਤਮਾ ਨੇ ਇਹ ਵੀ ਕਹਿਤਾ, ਹੈ ਪ੍ਰਭੂ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹੇ ਪਰਮਾਤਮਾ, ਜੀਵ ਵੀ ਤੁਸੀਂ ਬਣਾਇਆ, ਮਾਇਆ ਵੀ ਤੁਸੀਂ ਬਣਾਈ ਹੈ, ਅਤੇ ਮਾਇਆ ਦੀ ਠੱਗ ਬੂਟੀ ਵੀ ਤੁਸੀਂ ਆਪ ਹੀ ਪਾਈ। ਪਰ ਉਸ ਪਰਮਾਤਮਾ ਵੱਲੋਂ ਇਸ ਜੀਵ ਨੂੰ ਸਮੇਂ ਸਮੇਂ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਮਝਾਉਣ ਅਤੇ ਸਿੱਧੇ ਰਸਤੇ ਪਾਉਣ ਲਈ ਮਹਾਤਮਾ ਵੀ, ਰੱਬ ਦੇ ਪਿਆਰੇ ਵੀ ਉਹਨੇ ਭੇਜੇ। ਤੋ ਕਹਿਣ ਦਾ ਭਾਵ ਕਿ ਸਾਰੀ ਬਾਣੀ ਦਾ ਆਸ਼ਾ ਉਦੇਸ਼ ਇੱਕੋ ਹੀ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਨ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਨ। ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰ। ਤੋ ਬਾਣੀ ਦਾ ਆਸ਼ਾ ਉਦੇਸ਼ ਇੱਕੋ ਹੀ ਹੈ ਕਿ ਸਾਨੂੰ ਜੀਵਾਂ ਨੂੰ ਜਿਹੜੇ ਇਸ ਮਾਇਆ ਦੇ ਪ੍ਰਭਾਵ ਥੱਲੇ, ਵਿਸ਼ੇ ਵਿਕਾਰਾਂ ਦੇ ਪ੍ਰਭਾਵ ਥੱਲੇ, ਦੁਨਿਆਵੀ ਰਿਸ਼ਤਿਆਂ ਦੇ ਪ੍ਰਭਾਵ ਥੱਲੇ ਪਰਮਾਤਮਾ ਨੂੰ ਭੁੱਲ ਜਾਂਦੇ, ਅਤੇ ਗੁਰਬਾਣੀ ਗੁਰੂ ਜੀ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦੇ, ਕਿਉਂਕਿ ਗੁਰੂ ਦਾ ਕੰਮ ਇਹ ਹੋਈ। ਤੋ ਇਸ ਪਾਵਨ ਸਲੋਕ ਅਤੇ ਪੌੜੀ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਤਥਾ ਇਕੱਲੇ ਇਕੱਲੇ ਜੀਵ ਨੂੰ
ਸਿੱਧੇ ਰਸਤੇ ਪਾਉਂਦੇ, ਅਹਿਸਾਸ ਕਰਾਉਂਦੇ, ਹੇ ਬੰਦੇ ਰਚੰਤ ਜੀ ਰਚਨਾ। ਧਿਆਨ ਮਾਰ, ਰਚੰਤ ਦੇ ਤੱਤੇ ਨੂੰ ਸਿਆਰੀ ਹੈ, ਰਚਨਾ ਕਰਦਾ ਹੈ, ਬਣਾਉਂਦਾ ਹੈ। ਜੀ ਰਚਨਾ, ਤੇਰੇ ਜੀਵ ਦੀ ਰਚਨਾ। ਤਥਾ ਜੀਵਾਂ ਦੀ ਜੋ ਬਨਾਵਟ ਬਣਤਰ ਮੁੱਢ ਹੋਂਦ ਹਸਤੀ ਹੈ, ਇਹ ਕੌਣ ਬਣਾਉਂਦਾ? ਇਹ ਪਰਮਾਤਮਾ ਬਣਾਉਂਦਾ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਮਾਤਾ ਦੇ ਗਰਭ ਵਿੱਚ ਅਸਥਾਪਨ, ਅਸਥਾਪਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਟਿਕਾਉਣਾ, ਕਿਸੇ ਚੀਜ਼ ਦਾ ਮੁੱਢ ਬੰਨਣ। ਇਹ ਬੜੇ ਧਿਆਨ ਗੋਚਰਾ ਸਮਝਣ ਵਾਲੀ ਗੱਲ। ਨਾ ਸਮਝ ਕੇ ਅਸੀਂ ਭੁੱਲੇ ਹਾਂ, ਜੇ ਸਾਨੂੰ ਸਮਝ ਆ ਜਾ। ਮੈਂ ਅੱਜ ਵੀ ਪੜ੍ਹ ਰਿਹਾ ਸੀ ਕਿ ਬੰਦੇ ਨੂੰ ਦੋ ਅੱਖਰ ਜ਼ਰੂਰ ਸਿੱਖਣੇ ਚਾਹੀਦੇ। ਕਿਹੜੇ ਕਿਹੜੇ? ਇੱਕ ਤਾਂ ਥੈਂਕ ਯੂ ਕਰਨਾ, ਜਿਹਨੂੰ ਅਸੀਂ ਸ਼ੁਕਰੀਆ ਕਹਿੰਦੇ, ਅਤੇ ਇੱਕ ਸੌਰੀ ਕਰਨਾ, ਭਾਵ ਗਲਤੀ ਦਾ ਅਹਿਸਾਸ ਕਰਨਾ। ਜਿਸ ਬੰਦੇ ਨੂੰ ਇਹ ਦੋ ਅੱਖਰ ਆ ਗਏ, ਉਹ ਫਿਰ ਜ਼ਿੰਦਗੀ ਵਿੱਚ ਸਫਲਤਾ ਦੇ ਰਾਹ ਤੁਰ ਪੈਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਹੇ ਜੀਵ, ਧਿਆਨ ਨਾਲ ਸੋਚ, ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਉਸ ਪਰਮਾਤਮਾ ਨੇ ਇਹਨਾਂ ਜੀਵਾਂ ਦੀ ਰਚਨਾ ਰਚੀ ਹੈ, ਔਰ ਮਾਤ ਗਰਭ, ਬਾਰ ਬਾਰ ਮੈਂ ਇਸ ਲਈ ਦੱਸਦਾ ਕਿ ਉਚਾਰਨ ਦੇ ਸੰਬੰਧ ਵਿੱਚ, ਜੇ ਬੱਬੇ ਨਾਲ ਆਵੇ ਤਾਂ ਗਰਭ ਅਹੰਕਾਰ ਲਈ, ਅਤੇ ਜੇ ਭੱਬੇ ਨਾਲ ਆਵੇ ਤਾਂ ਗਰਭ ਮਾਤਾ ਦੇ ਪੇਟ ਲਈ। ਹੁਣ ਸਾਡਾ ਧਿਆਨ ਦੁਬਾਰੇ ਨੇ ਪਾਤਸ਼ਾਹ ਕਿ ਕਿੱਥੇ ਕਦੋਂ ਪਰਮਾਤਮਾ ਨੇ ਤੇਰਾ ਮੁੱਢ ਬਣੇ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਮਾਤਾ ਦੇ ਗਰਭ ਵਿੱਚ ਤੇਰਾ ਅਸਥਾਪਨ ਹੋਇਆ, ਤਥਾ ਜੀਵਾਂ ਦਾ ਅਸਥਾਪਨ ਹੋਇਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਇਹੋ ਜਿਹੇ ਅਨੇਕਾਂ ਹੀ ਪ੍ਰਮਾਣ ਦੇ ਕੇ ਗੁਰੂ ਪਾਤਸ਼ਾਹ ਨੇ ਸਾਨੂੰ ਅਕਿਰਤ ਕਰਨ ਤੋਂ ਬਚਾਇਆ। ਭਾਈ ਅਕਿਰਤ ਕਰਨ ਨਾ ਬਣੋ, ਉਸ ਮਾਲਕ ਦੀ ਇਸ ਬਖਸ਼ਿਸ਼ ਨੂੰ ਨਾ ਭੁੱਲੋ। ਪਰ ਸਾਡਾ ਸੁਭਾਵ ਹੈ, ਅਸੀਂ ਭੁੱਲ ਜਾਂਦੇ, ਉਸ ਪਰਮਾਤਮਾ ਨੂੰ ਵੀ ਭੁੱਲ ਜਾਂਦੇ ਜਿਸ ਮਾਤਾ ਪਿਤਾ ਦੇ ਰਾਹੀਂ ਅਸੀਂ ਸੰਸਾਰ ਵਿੱਚ ਆਏ, ਉਹਨਾਂ ਨੂੰ ਵੀ ਭੁੱਲ ਜਾਂਦੇ।
ਸਾਧ ਸੰਗਤ ਜੇ ਭੁੱਲੇ ਨਾ ਹੁੰਦੇ ਤੇ ਅੱਜ ਉਹ ਨੂੰਹਾਂ ਪੁੱਤਰ ਜਿਨ੍ਹਾਂ ਲਈ ਮਾਤਾ ਪਿਤਾ ਸੁੱਖਾਂ ਸੁੱਖਦੇ ਨੇ, ਅੱਜ ਉਹ ਆਪਣੇ ਬਿਰਧ ਮਾਤਾ ਪਿਤਾ ਨੂੰ ਘਰੋਂ ਕੱਢ ਦਿੰਦੇ, ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਅਤੇ ਪਿੰਗਲਵਾੜਿਆਂ ਵਿੱਚ ਭੇਜ ਦਿੰਦੇ। ਕੀ ਇਹ ਆਪਣੇ ਫਰਜ਼ ਦੀ ਅਣਗਹਿਲੀ ਨਹੀਂ? ਵਿਰਲੇ ਭਾਗਾਂ ਵਾਲੇ ਬੱਚੇ ਹੋਣਗੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਮਾਤਾ ਪਿਤਾ ਦੇ ਘਰ ਵਿੱਚ ਰਹਿੰਦੇ, ਨਹੀਂ ਤਾਂ ਬਹੁਤਿਆਂ ਦਾ ਜਵਾਬ ਹੈ ਜੀ ਮਾਂ ਪਿਓ ਮੇਰੇ ਕੋਲ ਰਹਿੰਦੇ ਨੇ। ਅਰੇ ਤੂੰ ਕੌਣ ਹੈ, ਤੂੰ ਕਿੱਥੋਂ ਆਇਆ? ਜੇ ਮਾਤਾ ਪਿਤਾ ਨਾ ਹੁੰਦੇ ਤੇਰੀ ਹਸਤੀ ਕੀ ਸੀ? ਪਰ ਇਹ ਬਹੁਤ ਵੱਡੀ ਭੁੱਲ ਹੈ। ਗੁਰਬਾਣੀ ਸਾਨੂੰ ਅਹਿਸਾਸ ਕਰੋ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ, ਮਹਾਂ ਅਗਨ ਨਾ ਬਿਨਾਸਨ। ਹੁਣ ਇੱਥੇ ਸਾਸ ਸਾਸ ਦੇ ਸੱਸੇ ਨੂੰ ਜ਼ਿਆਰੀ ਹੈ, ਜਿਹਦਾ ਅਰਥ ਹੈ ਹਰ ਸਵਾਸ ਦੇ ਨਾਲ। ਨਾਨਕ ਜੀ ਫਰਮਾਉਂਦੇ ਨੇ ਹੇ ਜੀਵ, ਤੂੰ ਉਸ ਮਾਤਾ ਦੇ ਘਰ ਵਿੱਚ ਸਵਾਸ ਸਵਾਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲਿਆ, ਔਰ ਉਸ ਸਿਮਰਨ ਦੀ ਬਰਕਤ ਦੇ ਨਾਲ ਮਹਾਂ ਅਗਨ ਨਾ ਬਿਨਾਸਨ। ਮਹਾਂ ਅਗਨ, ਅੱਗ ਆਮ ਵੀ ਅੱਗ ਕਹੀ ਜਾ ਸਕਦੀ, ਪਰ ਮਹਾਂ ਅਗਨ ਦਾ ਮਤਲਬ ਬੜੀ ਭਿਆਨਕ ਅੱਗ, ਕਿਉਂਕਿ ਵਿਦਵਾਨਾਂ ਨੇ ਚਾਰ ਅੱਗਾਂ ਦੇ ਨਾਮ ਲਿਖੇ ਨੇ। ਅੱਗਾਂ ਤਾਂ ਬਹੁਤ ਨੇ, ਪਰ ਸਾਨੂੰ ਸਮਝਾਉਣ ਵਾਸਤੇ ਆਖਿਆ ਇੱਕ ਹੈ ਬੜਵਾ ਨਲ ਅਗਨੀ, ਇੱਕ ਹੈ ਡੌਂ ਅਗਨੀ, ਇੱਕ ਹੈ ਜਠਰ ਅਗਨੀ, ਇੱਕ ਹੈ ਪ੍ਰਤਕਸ਼ ਅਗਨੀ। ਜਿਹੜੀ ਜੰਗਲ ਦੀ ਅੱਗ ਹੈ ਜੰਗਲ ਨੂੰ ਸਾੜਦੀ, ਜਿਹੜੀ ਪਾਣੀ ਦੀ ਸਮੁੰਦਰ ਦੀ ਅੱਗ ਹੈ ਉਹ ਸਮੁੰਦਰ ਨੂੰ ਸੁਸਕਾਉਂਦੀ, ਅਤੇ ਜਿਹੜੀ ਪ੍ਰਤਕਸ਼ ਅਗਨੀ ਹੈ ਉਹਦੇ 'ਤੇ ਅਸੀਂ ਭੋਜਨ ਤਿਆਰ ਕਰਦੇ ਹਾਂ। ਪਰ ਜਿਹੜੀ ਜਠਰ ਅਗਨੀ ਹੈ ਜਿਹਨੂੰ ਪੇਟ ਦੀ ਅੱਗ ਕਿਹਾ ਗਿਆ, ਉਹ ਮਹਾਂ ਅਗਨ ਹੈ। ਦੇਖੋ ਉਹਦੀ ਮਹਾਨਤਾ ਕਿਵੇਂ ਸਮਝ ਆਵੇ, ਜੋ ਕੁਝ ਮਾਤਾ ਖਾਂਦੀ ਹੈ ਸਭ ਕੁਝ ਭਸਮ ਹੋ ਜਾਂਦਾ, ਇਹ ਹੈ ਮਹਾਂ ਅਗਨ। ਪਰ ਉਸ ਮਹਾਂ ਅਗਨੀ ਦੇ ਵਿੱਚ ਤੇਰੀ ਰਾਖੀ ਕਿਸ ਨੇ ਕੀਤੀ? ਦੇਖੋ ਬੰਦਾ ਨਾ ਸ਼ੁਕਰਾ ਹੋ ਜਾਏ, ਅਕਿਰਤ ਕਾਣ ਹੋ ਜਾਏ, ਉਹਦੀ ਮਰਜ਼ੀ, ਪਰ ਗੁਰੂ ਪਾਤਸ਼ਾਹ ਦਾ ਆਸ਼ਾ ਵੀ ਅਕਿਰਤ ਕਾਣ ਨਾ ਹੋ, ਨਾ ਸ਼ੁਕਰੇ ਨਾ ਬਣੋ, ਅਹਿਸਾਸ ਕਰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ, ਮਹਾਂ ਅਗਨ ਨਾ ਬਿਨਾਸਨ। ਉਸ ਜਠਰ ਅਗਨੀ ਵਿੱਚ ਤੂੰ ਪਰਮਾਤਮਾ ਦਾ ਸਵਾਸ ਸਵਾਸ ਸਿਮਰਨ ਕਰਦਾ, ਅਤੇ ਉਸ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਉੱਤੇ ਉਸ ਜਠਰ ਅਗਨੀ ਨੇ ਕੋਈ ਅਸਰ ਨਹੀਂ ਕੀਤਾ।
ਤੇਰੀ ਰਖਵਾਲੀ। ਅਨੇਕਾਂ ਬਾਣੀ ਵਿੱਚ ਪ੍ਰਮਾਣ ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇ ਤਨਾ ਸੇਕ ਸੋਈ ਸੁਆਮੀ ਇਹਾਂ ਰਾਖੇ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ। ਇਹ ਗੁਰਬਾਣੀ ਵਿੱਚੋਂ ਪ੍ਰਮਾਣ ਇਸ ਲਈ ਦਿੱਤੇ ਜਾਂਦੇ ਨੇ ਕਿ ਸਾਡੇ ਵਿੱਚੋਂ ਕਈਆਂ ਨੂੰ ਗੁਰਬਾਣੀ ਯਾਦ ਹੈ ਅਤੇ ਪ੍ਰਮਾਣ ਦੇਣ ਨਾਲ ਉਸ ਗੱਲ ਦੀ ਪੁਸ਼ਟੀ ਹੋ ਜਾਂਦੀ, ਉਹਦਾ ਪ੍ਰਤੀਪਾਦਨ ਹੋ ਜਾਂਦਾ, ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ। ਫਿਰ ਅਗਲੇ ਪਦ ਵਿੱਚ ਕਹਿੰਦੇ ਨੇ ਮੁਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਂ। ਕਈ ਪ੍ਰੇਮੀ ਇਸਦਾ ਉਚਾਰਨ ਕੁਹੱਥੜੈ ਵੀ ਕਰਦੇ, ਪਰ ਅਸਲ ਸ਼ਬਦ ਹੈ ਕੋਥੜਾ। ਇਹ ਦੋ ਅੱਖਰ ਨੇ ਕੋਥੜਾ ਅਤੇ ਸੁਥਰਾ। ਜਿਹੜੀ ਜਗ੍ਹਾ ਬਹੁਤ ਗੰਦੀ ਹੋਵੇ ਉਹਨੂੰ ਅਸੀਂ ਕਹਿੰਦੇ ਹਾਂ ਕੋਥੜੀ ਜਗ੍ਹਾ, ਅਤੇ ਜਿਹੜੀ ਜਗ੍ਹਾ ਸਾਫ਼ ਸੁਥਰੀ ਹੋਵੇ ਉਹਨੂੰ ਸੁਥਰੀ ਕਹਿੰਦੇ। ਹੁਣ ਅਹਿਸਾਸ ਕਰਵਾ ਰਹੇ ਨੇ ਪਾਤਸ਼ਾਹ, ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੈਂ ਉਦੋਂ ਤੇਰੀ ਕੀ ਹਾਲਤ ਸੀ। ਮੁੱਖ ਤਲੈ ਤੂੰ ਉਲਟੇ ਸਿਰ ਭਾਰ ਲਟਕਿਆ ਹੋਇਆ, ਤੇਰਾ ਮੂੰਹ ਥੱਲੇ। ਦੇਖੋ ਅਹਿਸਾਸ ਹੀ ਕਰਾਇਆ ਜਾ ਸਕਦਾ ਇਹ ਕਿਤਨੀ ਵੱਡੀ ਦੁਖਦਾਈ ਹਾਲਤ। ਮੁੱਖ ਤਲੈ ਪੈਰ ਉੱਪਰੇ, ਤੇਰੇ ਪੈਰ ਉੱਪਰ ਸੀ। ਇਹ ਦੁਨੀਆ ਦੀ ਸੱਚਾਈ ਹੈ ਕਿ ਮਾਤਾ ਦੇ ਗਰਭ ਵਿੱਚ ਬੱਚਾ ਪੁੱਠਾ ਲਟਕਿਆ, ਅਤੇ ਮਾਤਾ ਦੇ ਗਰਭ ਦੀ ਅੰਦਰਲੀ ਅਵਸਥਾ ਕੀ ਹੈ? ਉੱਥੇ ਸਾਰੀਆਂ ਗੰਦੀਆਂ ਚੀਜ਼ਾਂ ਰਹਿੰਦੀਆਂ, ਲੈਟਰੀਨ ਵੀ ਉੱਥੇ, ਪਿਸ਼ਾਬ ਵੀ ਉੱਥੇ, ਸਭ ਕੁਝ ਉੱਥੇ ਬਣ। ਉਹ ਕੋਥੜਾ ਥਾਂ ਸੀ ਜਿੱਥੇ ਤੂੰ ਵੱਸ ਰਿਹਾ। ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਂ ਨਾਨਕ ਸੋ ਧਣੀ ਕਿਉਂ ਵਿਸਾਰੇ ਹੋ ਉਦਰੈ ਜਿਸ ਦੈ ਨਾਏ। ਨਾਨਕ ਜੀ ਫਰਮਾਉਂਦੇ ਨੇ ਹੇ ਭਾਈ, ਹੇ ਜੀਵ, ਸੋ ਧਣੀ, ਉਸ ਮਾਲਕ ਪ੍ਰਭੂ ਨੂੰ ਤੂੰ ਹੁਣ ਕਿਉਂ ਭੁਲਾਏ? ਜੇ ਉੱਥੇ ਯਾਦ ਸੈਂ ਅਤੇ ਉਸ ਯਾਦ ਦੇ ਸਦਕਾ ਤੈਨੂੰ ਉੱਥੇ ਪਰਮਾਤਮਾ ਨੇ ਬਚਾਇਆ, ਤੇਰੀ ਰਾਖੀ ਕੀਤੀ, ਅਤੇ ਹੁਣ ਸੰਸਾਰ ਵਿੱਚ ਆ ਕੇ ਤੂੰ ਉਹਨੂੰ ਭੁੱਲ ਗਿਆ। ਨਾਨਕ ਸੋ ਧਣੀ ਕਿਉਂ ਵਿਸਾਰੇ ਹੋ ਉਦਰੈ ਜਿਸ ਦੈ ਨਾਏ। ਜਿਹਦਾ ਨਾਮ ਜਪਣ ਕਰਕੇ ਉਦਰੈ ਤੂੰ ਬਚ ਜਾਏਗਾ, ਤੂੰ ਬਚ ਸਕਦਾ, ਉੱਥੇ ਵੀ ਬਚਿਆ ਇੱਥੇ ਵੀ ਬਚੇਗਾ। ਇਸੇ ਲਈ ਪਾਤਸ਼ਾਹ ਕਹਿੰਦੇ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ। ਮਨੋਂ ਕਿਉਂ ਵਿਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋ ਨਾ ਸਕੀ।
ਜਿਸ ਨੂੰ ਆਪਣੀ ਲਿਵ ਲਾਵੇ। ਤੋ ਇਹ ਹੈ ਸਲੋਕ। ਕਮਾਲ ਦੀ ਗੱਲ ਇਹ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਸਲੋਕ ਨੂੰ ਹੋਰ ਚੰਗੀ ਤਰ੍ਹਾਂ ਖੋਲ੍ਹਿਆ ਅਤੇ ਅਗਲੀ ਪੌੜੀ ਵੀ ਨਾਲ ਦਿਸ। ਮੈਨੂੰ ਤਾਂ ਐਸਾ ਪ੍ਰਤੀਤ ਹੋਇਆ ਕਿ ਜਿਵੇਂ ਸਲੋਕ ਦੇ ਅੰਦਰ ਉਠਾਏ ਹੋਏ ਉਹਨਾਂ ਪ੍ਰਸ਼ਨਾਂ ਨੂੰ, ਉਹਨਾਂ ਸਵਾਲਾਂ ਨੂੰ, ਉਹਨਾਂ ਡੂੰਘੀਆਂ ਰਮਜ਼ਾਂ ਨੂੰ ਫਿਰ ਪੌੜੀ ਵਿੱਚ ਹੋਰ ਵਿਆਖਿਆ ਕੀਤੀ। ਆਖਿਆ ਹੈ ਪ੍ਰਾਣੀ ਪੌੜੀ ਰਕਤ ਬਿੰਦ ਕਰ ਨਿਮਿਆ। ਕਿਤਨੀ ਬਰੀਕੀ ਵਿੱਚ ਜਾ ਕੇ ਸਮਝਾਇਆ। ਇਹ ਜਿਹੜਾ ਨਿਮਿਆ ਸ਼ਬਦ ਹੈ ਇਸ ਨੂੰ ਕੋਸ਼ ਵਿੱਚ ਵਿਦਵਾਨਾਂ ਨੇ ਇਉਂ ਸਮਝਾਇਆ ਜਿਵੇਂ ਬੀਜ ਬੀਜਿਆ ਜਾਂਦਾ। ਪਹਿਲਾਂ ਉਹ ਬੀਜ ਟਿਕਦਾ ਹੈ, ਫਿਰ ਉਹ ਬੀਜ ਪੁੰਗਰਦਾ ਹੈ। ਜਦੋਂ ਪੁੰਗਰਦਾ ਹੈ ਫਿਰ ਉਸ ਦੇ ਵਿੱਚੋਂ ਬੀਜ ਦਾ ਅਗਲਾ ਰੂਪ ਬਣਦਾ। ਇਸੇ ਤਰ੍ਹਾਂ ਜੀਵ ਦਾ ਜਿਹੜਾ ਮੁੱਢ ਹੈ ਉਹ ਤਾਂ ਮਾਤਾ ਦੇ ਲਹੂ ਅਤੇ ਪਿਤਾ ਦੇ ਬੀਰਜ ਤੋਂ ਸ਼ੁਰੂ ਹੋਇਆ। ਰਕਤ ਬਿੰਦ ਕਰ ਦਿੱਤੀ, ਮਾਂ ਕੀ ਰਕਤ ਪਿਤਾ ਬਿੰਦ ਤਾਰ। ਇਸ ਅਸਲੀਅਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਫਿਰ ਪਾਤਸ਼ਾਹ ਨੇ ਹੋਰ ਬੜੀ ਵਿਆਖਿਆ ਕੀਤੀ, ਭੰਡ ਜੰਮੀ ਹੈ ਭੰਡ ਨਿੰਮੀ ਹੈ। ਇਸਤਰੀ ਦੇ ਸਰੀਰ ਵਿੱਚ ਹੀ ਤੇਰਾ ਮੁੱਢ ਵੱਜਦਾ। ਨਿੰਮਣਾ ਦਾ ਮਤਲਬ ਹੈ ਮੁੱਢ ਵੱਜਣ। ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮੰਜਾ ਹਰ। ਹੁਣ ਦੇਖੋ ਉਦਰ ਦੱਦੇ ਨਾਲ ਆਏਗਾ ਅਤੇ ਪੇਟ ਬਣ ਜਾਏ। ਉਹਦਾ ਧੱਦੇ ਨਾਲ ਆਏਗਾ ਅਤੇ ਤਰਨ ਦੀ ਗੱਲ, ਉਧਰਨ ਦੀ ਗੱਲ ਆ ਜਾਏ। ਇਸ ਲਈ ਦਾਸ ਦੀ ਬੇਨਤੀ ਹੈ ਕਿ ਪਹਿਲਾਂ ਸਾਰੇ ਪਾਠੀ ਸਿੰਘਾਂ ਨੂੰ, ਪ੍ਰੇਮੀਆਂ ਨੂੰ ਗੁਰਮੁਖੀ ਅੱਖਰਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ। ਅੱਜ ਇਹ ਬੜੀ ਸਮੱਸਿਆ ਆ ਰਹੀ। ਪੱਪੇ ਨੂੰ ਪੱਬਾ ਬੋਲਣਗੇ, ਬੱਬੇ ਨੂੰ ਪੱਬਾ ਬੋਲਣਗੇ, ਉਚਾਰਨ ਹੀ ਠੀਕ ਨਹੀਂ ਹੈ, ਫਿਰ ਉਹਦੇ ਅਰਥ ਕਿਵੇਂ ਠੀਕ ਹੋ ਜਾਣ। ਤੋ ਖੈਰ ਨਾਲ ਨਾਲ ਦੱਸਣਾ ਇਸ ਲਈ ਲਾਹੇਵੰਦ ਹੈ ਕਿ ਸਾਡਾ ਮਤਲਬ ਗੁਰਬਾਣੀ ਨਾਲ ਜੋੜਨਾ, ਨਾ ਕਿ ਤੋੜਨਾ। ਨਿਰਾਸ਼ ਨਹੀਂ ਕਰਨਾ, ਅਸੀਂ ਤਾਂ ਗੁਰਬਾਣੀ ਤੋਂ ਸਿੱਖਿਆ ਲੈਣੀ। ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਜਾਰ। ਉਸ ਅੱਗ ਦੇ ਵਿੱਚ ਮਾਤਾ ਦੇ ਪੇਟ ਅੰਦਰ ਤੇਰੀ ਹੋਂਦ ਬਣਾਈ। ਉਰਦ ਮੁੱਖ ਕੁਚੀਲ ਬਿਕਲ। ਉਰਦ ਤੇਰਾ ਸਿਰ ਉਲਟਾ ਸੀ, ਤੂੰ ਉਲਟੇ ਪਾ ਲੇਟਿਆ। ਤੇਰੇ ਮੂੰਹ ਦੇ ਕੋਲ ਗੰਦਗੀ ਗੰਦਗੀ, ਉੱਥੋਂ ਹੀ ਮਾਤਾ ਦਾ ਪਿਸ਼ਾਬ, ਉੱਥੋਂ ਹੀ ਮਾਤਾ ਦੀ ਵਿਸ਼ਠਾ, ਸਭ ਕੁਝ। ਉਰਦ ਮੁੱਖ ਕੁਚੀਲ ਬਿਕਲ। ਬਿਕਲ ਦਾ ਮਤਲਬ ਹੈ ਵਿਆਕੁਲ ਕਰ ਦੇਣ ਵਾਲਾ, ਡਰਾਉਣਾ, ਦੁਖਦਾਈ ਸੀ। ਉਸ ਨਰਕ ਘੋਰ ਗੁਬਾਰ, ਹੁਣ ਨਰਕ ਦੇ ਕੱਕੇ ਨੂੰ ਸਿਹਾਰੀ ਹੈ, ਘੋਰ ਦੇ ਰਾਰੇ ਨੂੰ ਸਿਹਾਰੀ ਹੈ, ਗੁਬਾਰ ਦੇ ਰਾਰੇ ਨੂੰ ਸਿਹਾਰੀ। ਗੁਬਾਰ ਦਾ ਮਤਲਬ ਹੈ ਉਹ ਅੰਧੇਰਾ, ਹਨੇਰੇ ਨਰਕ ਵਿੱਚ।
ਤੂੰ ਉਲਟੇ ਮੂੰਹ ਲੇਟਿਆ ਹੋਇਆ ਜਿੱਥੇ ਗੰਦਗੀ ਗੰਦਗੀ। ਹੁਣ ਧਿਆਨ ਦਵਾਉਂਦੇ ਨੇ ਇਹੋ ਜਿਹੀ ਔਖੀ ਥਾਂ 'ਤੇ ਤੈਨੂੰ ਬਚਾਉਣ ਵਾਲਾ ਕੌਣ ਸੀ। ਹਰ ਸਿਮਰਤ ਤੂੰ ਨਾ ਜਲੈ, ਹਰੀ ਦੀ ਯਾਦ ਕਰਨ ਕਰਕੇ ਉਹਦਾ ਸਿਮਰਨ ਕਰਨ ਕਰਕੇ ਤੂੰ ਉਸ ਅੱਗ ਤੋਂ ਵੀ ਬਚਿਆ, ਤੇਰੀ ਉਸ ਗੰਦਗੀ ਵਿੱਚ ਵੀ ਰਾਖੀ ਕੀਤੀ। ਇਸ ਲਈ ਮਨ ਤਨ ਔਰ ਧਾਰ, ਮਨ ਦੇ ਨੰਨੇ ਨੂੰ ਸਿਹਾਰੀ, ਤਨ ਦੇ ਨੰਨੇ ਨੂੰ ਸਿਹਾਰੀ, ਧਾਰ ਦੇ ਰਾਰੇ ਨੂੰ ਸਿਹਾਰੀ। ਹੇ ਜੀਵ, ਹੁਣ ਤੂੰ ਉਸ ਪਰਮਾਤਮਾ ਨੂੰ ਮਨ ਵਿੱਚ, ਤਨ ਵਿੱਚ, ਹਿਰਦੇ ਵਿੱਚ ਧਾਰਨ ਕਰਨਾ ਕਰ, ਉਹਨੂੰ ਨਾ ਭੁੱਲਣਾ ਕਰ। ਬਿਖਮ ਥਾਨੋ ਜਿਨ ਰੱਖਿਆ, ਜਿਸ ਔਖੀ ਥਾਂ ਤੋਂ ਤੇਰੀ ਕੋਈ ਰਖਵਾਲੀ ਨਹੀਂ ਕਰ ਸਕਦਾ। ਬਾਣੀ 'ਚ ਲਿਖਿਆ, ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਆਖਿਆ ਉੱਥੇ ਤੇਰੀ ਕੋਈ ਸਹਾਇਤਾ ਨਹੀਂ ਸੀ ਕਰ, ਉਸ ਪਰਮਾਤਮਾ ਨੇ ਤੇਰੀ ਰਾਖੀ ਕੀਤੀ, ਫੇਰ ਤੇਰਾ ਕੀ ਫਰਜ਼। ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਚਾਰ, ਥੋੜ੍ਹੇ ਸਮੇਂ ਲਈ ਵੀ ਉਸ ਨੂੰ ਨਾ ਭੁੱਲਣਾ ਕਰ। ਵਿਸਾਰ ਦੇ ਰਾਰੇ ਨੂੰ ਸਿਹਾਰੀ ਹੈ, ਨਾ ਭੁੱਲਣਾ ਕਰ। ਅਖੀਰ ਵਿੱਚ ਪਾਤਸ਼ਾਹ ਕਹਿੰਦੇ, ਪ੍ਰਭ ਬਿਸਰਤ ਸੁੱਖ ਕਦੇ ਨਾ ਹੈ, ਜਾਸੈਂ ਜਨਮ ਹਾਰ। ਹੇ ਜੀਵ, ਪਰਮਾਤਮਾ ਨੂੰ ਭੁੱਲ ਕੇ ਤੂੰ ਕਦੇ ਵੀ ਸੁਖੀ ਨਹੀਂ ਹੋ ਸਕਦਾ। ਸੱਜਾਂ ਨੂੰ ਜਿਹੜਾ ਅਕਿਰਤ ਕਹਿਣਾ, ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ, ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਮੰਦੀ ਹੋਂ ਮੰਦਾ, ਸਭ ਤੋਂ ਘਟੀਆ ਅਤੇ ਨੀਚ ਬੰਦਾ ਉਹ ਹੈ ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ ਅਤੇ ਜਿਹੜਾ ਭੁੱਲ ਜਾਂਦਾ। ਆਖਿਆ ਉਹ ਜਨਮ ਦੀ ਬਾਜ਼ੀ ਹਾਰ ਜਾਂਦਾ। ਲਓ, ਇਸ ਪੌੜੀ ਅਤੇ ਸਲੋਕ ਵਿੱਚ ਗੁਰੂ ਪਾਤਸ਼ਾਹ ਨੇ ਕੈਸੀ ਸੁੰਦਰ ਪ੍ਰੇਰਨਾ ਕੀਤੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨ, ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਚਾਰਿਓ, ਉਦਰੈ ਜਿਸ ਦੈ ਨਾਇ ਪੌੜੀ, ਰਖਤ ਬਿੰਦ ਕਰ ਨਿਮਿਆ, ਅਗਨ ਉਦਰ ਮੰਝਾਰ, ਉਰਦ ਮੁਖ ਕੁਚੀਲ ਬਿਖਲ, ਨਰਕ ਘੋਰ ਗੁਭਾਰ, ਹਰ ਸਿਮਰਤ ਤੂੰ ਨਾ ਜਲੈ, ਮਨ ਤਨ ਉਰ ਧਾਰ, ਬਿਖਮ ਤਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਚਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀਂ, ਜਾਸੈਂ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।